are watching Channel Y. Channel Y, a South Asian Canadian channel. ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕਰੋਨਾ ਦੇ ਕਹਿਰ ਦੇ ਵਿੱਚ ਈਰਾਨ ਤੋਂ ਭਾਰਤੀ ਲੋਕਾਂ ਦਾ ਨਵਾਂ ਜੱਥਾ ਵਾਪਸ ਪਰਤਿਆ ਹੈ। ਇਸ ਦਲ ਵਿੱਚ 277 ਲੋਕ ਸ਼ਾਮਲ ਨੇ। ਭਾਰਤ ਸਰਕਾਰ ਦੀ ਪਹਿਲ ਉੱਤੇ ਇਹਨਾਂ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਜੋਧਪੁਰ ਲਿਆਂਦਾ ਗਿਆ। ਅਗਲੇ 14 ਦਿਨਾਂ ਤੱਕ ਇਹ ਲੋਕ ਆਈਸੋਲੇਸ਼ਨ ਵਿੱਚ ਰੱਖੇ ਜਾਣਗੇ। ਦੇਸ਼ ਵਾਪਸੀ ਕਰਨ ਵਾਲੇ ਸਾਰੇ ਭਾਰਤੀਆਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਧੰਨਵਾਦ ਪ੍ਰਗਟ ਕੀਤਾ ਹੈ। ਇਸ ਤੋਂ ਪਹਿਲਾਂ 15 ਮਾਰਚ ਨੂੰ ਈਰਾਨ ਤੋਂ 234 ਭਾਰਤੀਆਂ ਦਾ ਜੱਥਾ ਆਇਆ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਈਰਾਨ ਵਿੱਚ ਫਸੇ 234 ਭਾਰਤੀ ਵਾਪਸ ਆ ਗਏ ਨੇ। ਈਰਾਨ ਵਿੱਚ ਭਾਰਤੀ ਰਾਜਦੂਤ ਅਤੇ ਈਰਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੇ ਲਈ ਧੰਨਵਾਦ। ਈਰਾਨੀ ਅਧਿਕਾਰੀਆਂ ਦਾ ਵੀ ਧੰਨਵਾਦ। ਇਸ ਤੋਂ ਪਹਿਲਾਂ 53 ਭਾਰਤੀਆਂ ਦਾ ਇੱਕ ਸਮੂਹ ਈਰਾਨ ਤੋਂ ਪਰਤਿਆ ਸੀ। ਈਰਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸਮੇਤ ਵੱਖ ਵੱਖ ਲੋਕ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਵਾਪਸ ਲਿਆਉਣ ਦੀ ਅਪੀਲ ਕਰ ਚੁੱਕੇ ਹਨ। PM ਨਰਿੰਦਰ ਮੋਦੀ ਨੇ ਕਰੋਨਾ ਵਾਇਰਸ ਦੇ ਖਤਰੇ ਨੂੰ ਲੈ ਕੇ ਬੀਤੇ ਦਿਨੀ ਹੋਈ ਸਮੀਖਿਆ ਬੈਠਕ ਵਿੱਚ ਅਧਿਕਾਰੀਆਂ ਨੂੰ ਈਰਾਨ ਵਿੱਚ ਫਸੇ ਭਾਰਤੀਆਂ ਦੀ ਜਲਦ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਕਿਹਾ ਸੀ। You are watching Channel Y, Channel Y, a South Asian Canadian channel.